ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਆਪਦਾ ਨਾਮ ਤੇ ਐਡਰੈਸ ਦੱਸਿਆ ਜੀ ਇੱਕ ਵਾਰ ਜੀ। ਨਾਮ ਉਤਾਰਾ ਜੀ, ਸਾਲਾ ਬਟੋਤਰਾ, ਪਿੰਡ ਬਗਰਾੜੀ, ਹਾਂਜੀ, ਤਹਿਸੀਲ ਜੈਤੋ। ਤਹਿਸੀਲ ਜੈਤੋ ਆ, ਹਾਂਜੀ, ਠੀਕ ਹੈ ਜੀ। ਤੇ ਆਪਣਾ ਵਪਾਰ ਦਾ ਕੰਮ ਆ ਗਿਆ ਨਾ ਜੀ, ਠੀਕ ਹੈ ਜੀ। ਜਿਹੜੀ ਇੱਕ ਨੰਬਰ ਤੇ ਗਾ ਆ ਗਈ ਬਾਈ ਜੀ, ਕੀ ਜਾਣਕਾਰੀ ਹੈ ਜੀ? ਇਹ ਵੀਰੇ ਤੀਜਾ ਸੂਆ ਰੀਨਲ ਹੁੰਦੀ ਹੈ, ਕਹਿੰਦੇ ਦੂਜਾ ਸੂਆ ਕਰੀਏ ਕੋਈ ਫਾਇਦਾ ਨਹੀਂਗਾ। ਹਾਂਜੀ, ਤੇ ਵੀਰੇ ਦੁੱਧ ਵੀਰੇ ਆਪਣਾ 25-26 ਕਿਲੋ ਖੁੱਲਾ ਡੱਲਾ ਪਾਊਗਾ ਜਿਹੜੇ ਬੜੇ ਨਾਲ। ਠੀਕ ਆ, ਹੁਣ ਤੀਜਾ ਸੂਆ ਸੋਹਣਾ 25-26 ਕਿਲੋ, ਰੀਨਲ ਸੋਹਣਾ ਵੀਰੇ ਨੇ। ਹਾਂ ਠੀਕ ਆ, ਕਹਿੰਦਾ ਭਾਵ ਹੁਣ ਤਿਆਰ ਹੀ ਬਈ ਹੈ ਵੀਰੇ, ਬਸ 2 ਘੰਟੇ ਤੱਕ ਸੂਬੇ ਇੱਕ ਦਾ ਤਾਂ ਲਿਆ ਵੀ ਸਕਦੀ ਆ। ਠੀਕ ਆ ਜੀ, ਸੂਪੇ ਤਾਂ ਸੂਪੇ, ਬਾਕੀ ਤਿਆਰੀ ਫੁੱਲ ਆ, ਜੇ ਦਿਨ ਕੱਢ ਲਏ ਤਾਂ ਕੱਢ ਵੀ ਲਵੇ। ਠੀਕ ਆ, ਦੁੱਧ 25-26 ਕਿਲੋ ਪਾ ਦਿਓ ਜੀ, ਖੁੱਲਾ ਨਾਰਮਲੀ ਵੀਰੇ। ਠੀਕ ਹੈ ਜੀ, ਬਾਲਾ ਨਹੀਂ ਆਇਆ, ਚੰਗਾ ਲੱਗਾ, ਇੰਨਾ ਚੌੜਾ ਤਾਂ ਲੱਗਾ ਦੇਵਾ। ਸਹੀ ਹੈ ਜੀ, ਬਾਕੀ ਦੋਸਤੋ ਹਵਾਨਾ ਤੁਸੀਂ ਦੇਖ ਸਕਦੇ ਹੋ ਜੀ, ਵੱਡੇ ਹਵਾਨੇ ਦੋਸਤੋ, ਗਾਂ ਇਹ ਥਣ ਵਗੈਰਾ ਬਹੁਤ ਚੰਗੇ ਦੋਸਤੋ, ਹਵਾਨੇ ਦੀ ਚੜਾਈ ਦੇਖ ਸਕਦੇ, ਅਗਲੇ ਪਾਸੇ ਬਹੁਤ ਚੰਗੀ ਹੈ ਅਤੇ ਪਿਛਲੇ ਪਾਸੇ ਬਹੁਤ ਚੰਗੀ ਦੋਸਤੋ, ਥਣਾਂ ਦਾ ਸਾਈਜ਼ ਵੇਖ ਸਕਦੇ ਬਹੁਤ ਚੰਗਾ, ਪਿਛਲੇ ਪਾਸੇ ਹਵਾਨਾ ਤੁਸੀਂ ਵੇਖ ਸਕਦੇ, ਮਾਰਲੇ ਪਾਸੋਂ ਫੋਟਾ ਨੂੰ ਹਵਾਨਾ ਦੋਸਤੋ ਬਾਹਰ ਨੂੰ ਆਉਂਦਾ ਜੀ। ਬਾਕੀ 25-26 ਲੀਟਰ ਬਾਈ ਹੋਇਆ ਦੱਸਣ ਮੁਤਾਬਕ ਦੁੱਧ ਇਹਨੇ ਪਾ ਦੇਣਾ, ਅਤੇ ਪਾਉਣਾ ਵੀ ਦੋਸਤੋ ਬੜੇ ਆਰਾਮ ਨਾਲ ਚਾਹੀਦਾ। ਵੇਲ ਵਗੈਰਾ ਬਹੁਤ ਚੰਗੀ ਹੈ ਜੀ, ਅਤੇ ਮੁੱਲ ਬਾਈ ਕਿੱਡਾ ਕੁ ਹੋਊਗਾ ਇਹਦਾ ਜੀ? ਮੁੱਲ ਵੀਰੇ ਕੱਲ੍ਹ ਨੂੰ 80-85 ਜਿੰਨਾ ਮਰਜ਼ੀ ਕਰਾ ਲਈਏ, ਹਾਂਜੀ, ਪਰ 75,000 'ਚ ਮਾਨ ਤਾਨ ਹੋ ਜੂਗਾ, 75,000 ਦੇ ਵਿੱਚੋਂ ਮਾਨ ਤਾਨ ਹੋ ਜੂਗਾ। ਠੀਕ ਆ ਜੀ, ਅਤੇ ਜਿਹੜੀ 2 ਨੰਬਰ 'ਤੇ ਆ ਗਈ ਬਾਈ ਜੀ, ਇਹ ਵੀਰੇ ਐਰ ਸ਼ੇਅਰ ਆ ਵੀਰੇ, ਪਿਓਰ 101% ਐਰ ਸ਼ੇਅਰ ਆ ਵੀਰੇ, ਲੋਕ ਕਹਿ ਦਿੰਦੇ ਆ ਲਾਲ ਡੱਬੇ ਰੰਗ ਨੂੰ ਐਰ ਸ਼ੇਅਰ ਕਹਿ ਦਿੰਦੇ ਆ, ਹਾਂਜੀ, ਪਰ ਇਹ 101% ਐਰ ਸ਼ੇਅਰ ਵੀਰੇ ਬੈਡ ਆ। ਠੀਕ ਆ ਜੀ, ਇਹ ਵੀਰੇ ਅੱਜ ਸਵੇਰ ਮਾਰਨਿੰਗ ਸੋਈ ਆ, ਹਾਂਜੀ, ਅਤੇ ਆਪਾਂ 3-4 ਕਿਲੋ ਬਾਹਲਾ ਚੋਤਾ ਇਹਦਾ, ਜੇਬ ਜੂਬ ਕੰਪਲੀਟ ਪਾ ਦਈਏ ਨੇ। ਠੀਕ ਹੈ ਜੀ, ਜੇਬ ਐਚ ਐਮ ਦੀ ਵੱਛੀ ਹੈ ਵੀਰੇ ਇਹਦੇ। ਠੀਕ ਹੈ ਜੀ, ਦੂਜਾ ਸੂਆ ਸੂਈ ਵੀ ਆ, ਕਿੰਨਾ ਕੁ ਦੁੱਧ ਪਾ ਦੂਗੀ ਬਾਈ? ਨੋਰਮਲੀ ਵੀਰੇ 24-25 ਕਿਲੋ ਨੂੰ ਵੀ ਵੀਰੇ, 24-25 ਕਿਲੋ ਦੁੱਧ ਪਾ ਦੂਗੀ ਵੀਰੇ, ਖੁੱਲਾ ਦੁੱਧ ਪਾਊਗੀ। ਠੀਕ ਆ, ਤੇ ਇਹਦਾ ਮੁੱਲ ਕਿੱਡਾ ਕੁ ਹੋਊਗਾ ਬਾਈ ਜੀ? ਬਸ ਸੇਮ ਹੀ ਹੈ ਵੀਰੇ, 75,000 ਚ ਮਾਨਤਾਨ ਹੋ ਜੂਗਾ ਵੀਰੇ ਇਹਦਾ, ਵੀ 75,000 ਰੁਪਇਆ ਮਾਨਤਾਨ ਹੋ ਜੂਗਾ, ਦੂਜਾ ਸੂਆ ਸੂਈ ਵੀ ਆ। ਠੀਕ ਆ, ਦੂਜਾ ਸੂਆ ਦੋਸਤੋ ਸੂਈ ਵੀ ਆ, ਥਣ ਹਵਾਨਾ ਤੁਸੀਂ ਵੇਖ ਸਕਦੇ ਹੋ, ਬਾ ਕਮਾਲ ਥਣ ਹਵਾਨਾ ਲੱਗਿਆ ਹੋਇਆ, ਚੰਗੀ ਚਵਾਈ ਆ। ਸਹੀ ਹੈ ਜੀ, ਬਾਕੀ ਤੁਸੀਂ ਹਵਾਨੇ ਦੇ ਉੱਪਰ ਨਾੜਾ ਵਗੈਰਾ ਵੇਖ ਸਕਦੇ, ਥਣਾਂ ਦਾ ਸਾਈਜ਼ ਵੇਖ ਸਕਦੇ, ਬਹੁਤ ਚੰਗਾ ਦੋਸਤੋ ਗਾਂ, ਸੀਲ ਸੁਭਾਅ ਦੀ ਹੈ ਜੀ, ਮਗਰ ਦੋਸਤੋ ਵੱਛੀ ਵੱਛੀ ਤੁਸੀਂ ਵੇਖ ਸਕਦੇ, ਬਹੁਤ ਚੰਗੀ ਵੱਛੀ ਆ, ਵੱਛੀ ਜੇ ਕੋਈ ਵੀ ਸਾਂਭੂਗਾ ਦੋਸਤੋ, 2 ਨਾਗ ਤੁਹਾਡੇ ਕੋਲ ਆਉਂਦੇ ਸਾਲ ਨੂੰ ਤਿਆਰ ਹੋ ਜਾਣੀ ਹੈ ਜੀ। ਵੱਛੀ ਦਾ ਤੁਸੀਂ ਵੇਖ ਸਕਦੇ ਪ੍ਰਿੰਟ ਵਗੈਰਾ ਬਹੁਤ ਚੰਗਾ ਦੋਸਤੋ, 75,000 ਰੁਪਏ ਦੇ ਵਿੱਚ ਤੁਹਾਨੂੰ 2 ਨਾਗ ਮਿਲਦੇ ਆ ਜੀ, ਇੱਕ ਵੱਛੀ, ਵੱਛੀਆਂ ਦਾ ਮੁੱਲ ਦੋਸਤੋ ਅੱਜ ਕੱਲ੍ਹ ਬਹੁਤ ਚੰਗਾ ਜੀ, ਦੇਖ ਸਕਦੇ ਪ੍ਰਿੰਟ ਵਗੈਰਾ ਬਹੁਤ ਚੰਗਾ, ਵਜਨ ਵੀ ਵੱਛੀ ਦਾ ਚੰਗਾ, ਬਾਕੀ ਨਾੜੂਆ ਵੇਖ ਸਕਦੇ ਨਾਲ ਆ ਜੀ, ਜੇਰ ਬਾਈ ਹੋਣਾ ਦੋਸਤੋ ਪਈ ਹੈਗੀ ਇੱਥੇ, ਕੰਪਲੀਟ ਜੇਰ ਪਈ ਹੋਈ ਹੈ ਜੀ ਗਾਂ ਦੀ ਜੀ, ਥਣ ਹਵਾਨਾ ਵੇਖ ਸਕਦੇ ਦੋਸਤੋ, ਹਵਾਨੇ ਦੇ ਉੱਪਰ ਵੇਨਮ ਵਗੈਰਾ ਵੇਖ ਸਕਦੇ, ਬਾਕੀ ਹਵਾਨੇ ਦੇ ਜਿਹੜਾ ਥਣਾਂ ਦਾ ਸਾਈਜ਼, ਤੁਸੀਂ ਥਣਾਂ ਦਾ ਸਾਈਜ਼ ਵੇਖ ਸਕਦੇ ਹੋ, ਬਹੁਤ ਚੰਗਾ ਦੋਸਤੋ, 4 ਥਣ ਬਿੱਥੀ 'ਤੇ ਲੱਗੇ ਹੋਏ ਆ ਜੀ, ਹਵਾਨਾ ਦੋਸਤੋ ਅਗਲੇ ਪਾਸੇ ਬਹੁਤ ਚੰਗਾ, ਅਤੇ ਮਗਰਲੇ ਪਾਸੇ ਵੀ ਹਵਾਨਾ, ਚੌੜਾ ਹਵਾਨਾ, ਚੰਗਾ ਹਵਾਨਾ ਦੋਸਤੋ, ਪੱਕਾ ਹਵਾਨਾ, ਕੋਈ ਭਲੂਣ ਵਗੈਰਾ ਕੋਈ ਬਾਹਲੀ ਨਹੀਂ ਦਿਸਦੀ ਪਈ ਹਵਾਨੇ ਦੇ ਉੱਪਰ, 75,000। ਸਹੀ ਹੈ ਜੀ, 75,000 ਰੁਪਏ ਦੇ ਵਿੱਚ ਤੁਹਾਨੂੰ ਇਹ ਗਾਂ ਮਿਲ ਜਾਣੀ ਹੈ ਜੀ। ਬਾਕੀ ਨੰਬਰ ਬਾਈ ਹੋਰਾਂ ਦਾ ਦੋਸਤੋ ਡਿਸਪਲੇ ਉੱਪਰ ਚੱਲੀ ਜਾਂਦਾ ਜੀ, ਅਤੇ 1 ਨਗ ਦੋਸਤੋ ਤੁਹਾਨੂੰ ਆਪਾਂ ਹੋਰ ਵਿਖਾਉਣੇ ਅੱਗੇ, ਜਰਸੀ ਗਾਂ ਬੜੇ ਕਮਾਲ ਦੀ ਬਾਈ ਹੋਰਾਂ ਕੋਲ ਵਿਕਰੀ ਲਈ ਹੈ ਜੀ। ਹਾਂਜੀ ਬਾਈ ਜੀ, ਜਿਹੜੀ ਜਰਸੀ ਗਾਂ ਕੀ ਡਿਟੇਲ ਆ ਗਈ ਜੀ? ਵੀਰੇ ਪਹਿਲਾਂ ਸੂਆ ਵੱਛੀ ਹੁੰਦੀ ਆ, ਠੀਕ ਹੈ ਜੀ, ਵੀਰੇ ਤਰੀਕ ਮੁਤਾਬਕ ਵੀਰੇ ਇਹਦੇ ਸਹੀ 8-9 ਦਿਨ ਪਏ ਆ ਵੱਛੀ ਦੇ, 8-9 ਦਿਨ ਪਏ ਆ, ਕਾਰਡ ਵਾਲੀ ਵੱਛੀ ਆ ਵੀਰੇ, ਜਿਹੜਾ ਵੀ ਸੁਣਦਾ ਹੋਵੇ ਬੰਦਾ ਆਪਣਾ ਰਿਕਾਰਡ ਦੱਸਾਂਗੇ, ਜਿਹੜਾ ਲੱਗਾ ਜਿਹੜੇ ਦੀ ਆਪ ਆਏ। ਠੀਕ ਆ, ਕਹਿੰਦਾ ਬਾਬਾ ਆਪਣੀ ਏਰੀਏ 'ਚ ਲਈ ਹੋਈ ਆ, ਠੀਕ ਆ, ਘਰੋਂ ਆਪਣੀ ਲੋਕਲ ਏਰੀਏ 'ਚ ਖਰੀਦੀ ਹੋਈ ਹੈਗੀ, ਫੁੱਲ ਰਿਕਾਰਡ ਆਪਾਂ ਅਗਲੇ ਦਿਨ ਦੇਣਾਂਗੇ। ਠੀਕ ਆ ਜੀ, ਮੂੰਹੋਂ ਦੰਦ ਕਿੰਨੇ ਆ ਗਏ ਬਾਈ ਜੀ? ਵੀਰੇ ਰੀਜਨਲ 4 ਦੰਦ ਵਿੱਚ, ਰੀਜਨਲ 4 ਦੰਦ ਆ ਗਏ, ਸੀਮਣ ਵਗੈਰਾ ਦਾ ਫੁੱਲ ਰਿਕਾਰਡ ਮਿਲ ਜੂਗਾ। ਠੀਕ ਆ, ਦੁੱਧ ਦੀ ਉਮੀਦ ਬਾਈ ਜੀ ਕਿੰਨੀ ਕਰੋ? ਵੀਰੇ 20 ਲੀਟਰ ਬੜੇ ਆਰਾਮ ਨਾਲ ਦੋਗੀ ਬੱਚੀ ਵੀਰੇ, 20 ਲੀਟਰ ਬੜੇ ਆਰਾਮ ਨਾਲ। ਠੀਕ ਆ ਜੀ, ਤੇ ਦਿਨ ਕਿੰਨੇ ਕੁ ਪਏ ਬਾਈ ਜੀ? ਵੀਰੇ 8-9 ਦਿਨ ਪਏ ਬੱਚੀ ਦੇ, ਸਹੀ ਹੈ ਜੀ, ਦੰਦ ਆ ਜੀ, 8 ਪਏ ਆ ਜੀ ਉੱਪਰੋਂ।
ਠੀਕ ਹੈ ਜੀ, 8-9 ਦਿਨ ਬਾਕੀ ਪਏ ਆ। ਠੀਕ ਆ, ਤੇ ਮੁੱਲ ਕਿੱਡਾ ਕਰੂਗਾ ਬਾਈ? ਫੋਨ ਤੇ ਕਰਾਂਗੇ ਕਿਉਂਕਿ ਵਪਾਰੀ ਵੀ ਮੁੱਲ ਲਾਈ ਜਾਂਦੇ ਆ। ਠੀਕ ਆ, ਆਪਣੇ ਵਪਾਰੀਆਂ 100 ਪੜਦੇ ਹੁੰਦੇ ਆ। ਸਹੀ ਹੈ, ਕਹਿੰਦਾ ਵਪਾਰੀ ਵੀ ਮੁੱਲ ਲਾਈ ਜਾਂਦੇ ਆ। ਠੀਕ ਆ, ਅਗਲਾ ਕੋਈ ਖਰੀਦੇ ਦਾ ਅਗਲਾ ਵੇਚਣ ਵਾਲੇ ਲੈਣੀ 100 ਪੜਦੇ ਹੁੰਦੇ ਵੀਰੇ ਆਪਦੇ। ਸਹੀ ਹੈ, ਸਹੀ। ਬਾਕੀ ਤੁਸੀਂ ਦੋਸਤੋ ਵੈੜ ਵੇਚ ਸਕਦੇ ਹੋ। ਜਾਇਜ਼ ਹੀ ਹੋਊਗਾ, ਬੜਾ ਨਹੀਂ ਆਪਾਂ 1-1.5 ਲੱਖ ਮੰਗਣਾ, ਉਹ ਕੰਮ ਨਹੀਂ ਆਪਣੇ ਕੋਲੇ। ਠੀਕ ਆ, ਮੁੱਲ ਵੱਚੀ ਦੇ ਮੁਤਾਬਕ ਜਾਇਜ਼ ਹੋਊਗਾ। ਠੀਕ ਆ, ਵਾਜਿਬ ਮੁੱਲ ਦੇ ਵਿੱਚ ਦੋਸਤੋ ਤੁਹਾਨੂੰ ਇਹ ਗਾਂ ਮਿਲ ਜਾਣੀ ਮੁੱਲ। ਪਰ ਬਾਈ ਹੋਰੀ ਕਹਿੰਦੇ ਕਿ ਫੋਨ ਤੇ ਕਰਾਂਗੇ, ਕਈ ਵਾਰ ਕੋਈ ਵਿਕਰੀ ਵਾਲਾ ਵੀਰ ਵੀ ਖਰੀਦ ਸਕਦਾ ਇੱਥੋਂ, ਤਾਂ ਕਰਕੇ ਦੋਸਤੋ ਮੁੱਲ ਬਾਕੀ ਜਾਇਜ਼ ਹੀ ਹੋਊਗਾ। ਦੋਸਤੋ ਸ਼ਾਈਨਿੰਗ ਵਗੈਰਾ ਵੇਚ ਸਕਦੇ, ਬਹੁਤ ਚੰਗੀ ਆ। ਕੱਦ ਹਵਾਨਾ ਚੰਗਾ ਦੋਸਤੋ, ਪਹਿਲੇ ਸੂਏ ਸੋਹਣਾ, ਮੂੰਹੋਂ 4 ਦੰਦ ਦਾ ਹਵਾਨਾ ਦੋਸਤੋ, ਬਾ ਕਮਾਲ ਆ ਜੀ। ਤੁਸੀਂ ਹਵਾਨਾ ਵੇਖ ਸਕਦੇ ਹੋ, ਥਣਾਂ ਦਾ ਸਹਿਜ ਵੇਖ ਸਕਦੇ ਹੋ, ਪਿੰਕ ਹਵਾਨਾ ਦੋਸਤੋ, ਥਣਾਂ ਦੀ ਵਿੱਤੀ ਬਹੁਤ ਚੰਗੀ ਹੈ ਜੀ। ਬਾਕੀ ਮੱਛੀ ਦੀ ਕੁਆਲਿਟੀ, ਜਾਤ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਜੀ। ਮੁੱਲ ਦੋਸਤੋ ਫੋਨ ਦੇ ਉੱਪਰ ਰਹੂਗਾ ਜੀ। ਚੰਗੀ ਮੱਛੀ ਦੋਸਤੋ, ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੋਵੇ ਸੰਪਰਕ ਕਰ ਸਕਦੇ, ਹਵਾਨਾ ਦੇਖ ਸਕਦੇ ਹੋ, ਤਿਆਰੀ ਬਹੁਤ ਚੰਗੀ। ਬਾਕੀ ਸੂਨ ਦੇ ਵਿੱਚ ਹਜੇ ਦਿਨ ਪਏ ਆ ਜੀ, ਹਫ਼ਤਾ ਬਾਈ ਹੋਰੀ ਦੱਸਦੇ ਕਿ ਉੱਪਰ ਹਜੇ ਢਿੱਲੀ ਵਗੈਰਾ ਕੋਈ ਨਸਾਂ ਵਗੈਰਾ ਨੇ ਢਿੱਲੀਆਂ ਨਹੀਂ ਕੀਤੀਆਂ, ਹਫ਼ਤਾ ਦੋਸਤੋ ਅਜੇ ਸੂਨ ਦੇ ਵਿੱਚ ਬਾਕੀ ਆਪਣੇ ਕੋਲ। ਸਹੀ ਹੈ, ਅਗਲੇ ਪਾਸੇ ਹਵਾਨਾ ਬਹੁਤ ਅਤੇ ਮਗਰਲੇ ਪਾਸੇ ਹਵਾਨਾ ਦੋਸਤ, ਬਹੁਤ ਚੰਗਾ ਜੀ। ਅਗਲੇ ਥਾਂ ਤੋਂ ਦੋਸਤੋ ਹਵਾਨੇ ਤੁਸੀਂ ਅਗਲੇ ਪਾਸੇ ਨੂੰ ਲੰਬਾਈ ਦੇਖ ਸਕਦੇ, ਚੰਗੀ ਹੈ ਦੋਸਤੋ। ਜਿਹੜੇ ਪਸ਼ੂ ਦੋਸਤੋ ਅਗਾੜੀ ਚੰਗੀ ਹੋਵੇ ਤਾਂ ਉਹ ਪਸ਼ੂ ਚੰਗਾ ਹੀ ਦੁੱਧ ਦਿੰਦਾ ਹੁੰਦਾ, ਬਾਕੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਜੀ। ਸਹੀ ਹੈ ਜੀ, ਬਾਕੀ 3 ਗਾਵਾਂ ਬਾਈ ਹੋਰਾਂ ਕੋਲ ਵਿਕਰੀ ਲਈ ਇਸ ਟਾਈਮ ਉਪਲਬਧ ਆ ਜੀ। ਬਾਕੀ ਬਾਈ ਹੋਰਾਂ ਕੋਲ ਇੱਥੇ ਹਰ ਟਾਈਮ ਪਸ਼ੂ ਅਵੇਲੇਬਲ ਹੁੰਦੇ ਆ ਜੀ, ਤੁਸੀਂ ਫੋਨ ਕਰਕੇ ਆਪਦੀ ਚੁਆਇਸ ਅਨੁਸਾਰ ਸੰਪਰਕ ਕਰ ਸਕਦੇ ਹੋ। ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।